कई जगह तेरा चुप रहना भी फायदे च हुंदा है। साढ़े बहुत बंदियां नूं हुण अग्गे लगी हुंदी है भी असीं बोल के फटाफट लोकां नूं दस दईए, नहीं कई वारी एनर्जी अपनी सांभ के रखी दी है, जे तू रिलीज करती निकल जू, गल्लां कर देगा वो निकल जाएगा, निकल जू सारा कुछ अंदरों। बरूद कई वारी अंदर इकट्ठा करना पैंदा है, थोड़ा थोड़ा पटाके जे चलाई चल फिर नहीं इकट्ठा हुंदा है, फिर ते पिस्तौल वाले नहीं हुंदे सी निक्के हुंदे वाले, वो पटाकियां जिहियां बनाई जा, ते जे तेरे सारे पटाके इकट्ठे करके एक ही वारी अग लाईए ते किड्डा ब्लास्ट हो सकदा। तू निके निके जे पटाके जे जिहड़े तेरे अंदर पाण नूं जी करदा ना, अंदर रख लै ना बाहर कढ। बहुत बंदियां नूं थोड़ा जिहा सुण के फिर इह हुंदा वी छेती छेती दुनिया बदल जे, समझ जे, अंदर ही रखी रख। कदे मौका आएगा ही, कदे समा आएगा ही। कई वारी कुछ करन नालों ना करना चंगा हुंदा है, गलत करन नालों कुछ ना करना चंगा हुंदा, कुछ करन नालों गल ज्यादा गई मेरे। वो एक सस चली डुब ते बड़े जवाई ने बचा लिया, जदों सस नूं बचा के लिया सस ने गड्डी देती जवाई नूं खुशी च आख भी तू मैनूं नहर चों बचा लिया। वो दूजी वारी फिर डुबण लगी, उहदे दूजे जवाई ने बचा ली, उहनूं उहने मोटरसाइकिल देता। तीजी वारी फिर डुबण लगी, तीजा कहिंदा मैनूं तां साइकिल ही मिलना, जांदी है सस नूं कहिंदा जाण दे, कहिंदा घरे आ गया कहिंदा अज नहीं बचाई, सहुरे नूं लग गया पता तैं बचाई नहीं, कहिंदा ना, उहने कहिंदे 40 लख दी मर्सिडी देती भी चंगा करिया तैं गई, कहिंदा उहने वड्डी गड्डी दित्ती उहनूं छोटे। कई वारी तेरा ना कुछ करना भी फायदे च हुंदा है, बचा लैंदा खरे साइकिल ही मिलदा। ससां तो बहुत दुखी ने सारे ਅੱਜ ਇੰਨੇ ਹੱਸਦੇ ਨੇ ਨਾ ਬਹੁਤ, ਹੁਣ ਤੇ ਗੁਰਪ੍ਰੀਤ ਵੀ ਹੱਸਦਾ ਸਾਡਾ, ਇਹ ਵੀ ਸੱਸ ਵਾਲਾ ਹੋ ਗਿਆ, ਪਿਛਲੇ ਮਹੀਨੇ ਹੈ ਨਹੀਂ ਸੀ ਹੁਣ ਹੋ ਗਿਆ। ਪਰ ਚਲੋ ਹੁਣ ਹੱਸ ਲੈ, ਗੱਲ ਗੱਲ ਵੇਖੋ ਇਹ ਤੇ ਚਲੋ ਹਾਸੇ ਚ, ਮੈਂ ਹੱਸਣ ਵਾਲੀ ਗੱਲ ਤਾਂ ਕਰਦਾ ਹੁੰਦਾ ਵੀ ਤੁਹਾਡਾ ਥੋੜਾ ਜਿਹਾ ਆਪਣਾ ਮਨ ਲੱਗਿਆ ਰਵੇ। ਅਸੀਂ ਭੈੜੇ ਬੂਥੇ ਬਣਾ ਕੇ ਕਥਾ ਨਹੀਂ ਕਰਨੀ, ਜਿੰਨੀਆਂ ਤਿਊੜੀਆਂ ਐਡੀਆਂ ਸਾਰੇ ਜਹਾਨ ਦੀਆਂ ਤਿਊੜੀਆਂ ਸਾਡੇ ਕਥਾ ਵਾਚਕਾਂ ਦੇ ਚਿਹਰਿਆਂ ਤੇ ਪਈਆਂ ਹੁੰਦੀਆਂ। ਅਸੀਂ ਕਹਿੰਦੇ ਹਾਂ ਗੁਰਮਤ ਹੱਸ, ਜੇ ਗੁਰਮਤ ਹੈ ਨਾ ਤੇ ਜ਼ਿੰਦਗੀ ਚ ਖੇੜਾ ਚਾਹੀਦਾ, ਪੋਜ਼ਿਟਿਵਿਟੀ ਚਾਹੀਦੀ ਹੈ, ਐਕਟਿਵ ਚਾਹੀਦਾ ਬੰਦਾ, ਕਾਇਮ ਕਾਇਮ ਚਾਹੀਦਾ। ਸਾਡੇ ਤੇ ਮਰਿਆਂ ਵਰਗੇ ਹੋਏ ਪਏ ਆ, ਥੱਲੇ ਥੱਲੇ ਜਾਈ ਜਾਂਦੇ, ਕਾਇਮ ਕਾਇਮ। ਅਸੀਂ ਤੇ ਬਿਮਾਰਾਂ ਨੂੰ ਵੀ ਹੱਸਣਾ ਸਿਖਾਉਣਾ, ਅਸੀਂ ਤੇ ਮਰਦਿਆਂ ਨੂੰ ਵੀ ਹੱਸਣਾ ਸਿਖਾਉਣਾ, ਗੁਰਮਤ ਨੇ ਸਾਨੂੰ ਨੀਹਾਂ ਚ ਖੜ ਕੇ ਵੀ ਹੱਸਣਾ ਸਿਖਾਇਆ, ਤਵੀਆਂ ਤੇ ਬਹਿ ਕੇ ਵੀ ਹੱਸਣਾ ਸਿਖਾਇਆ, ਸਾਨੂੰ ਕੰਡਿਆਂ ਦੀਆਂ ਸੇਜਾਂ ਤੇ ਵੀ ਹੱਸਣਾ ਸਿਖਾਇਆ। ਇਹ ਸਾਡੇ ਦਿਮਾਗ 'ਚ ਭਰਿਆ ਗਿਆ ਵੀ ਇੱਦਾਂ ਦੀ ਗੱਲ, ਵੇਖੋ ਜੀ ਇੱਦਾਂ ਹੁੰਦੇ ਆ ਜੀ, ਐਂ ਬਸ ਉਹ ਤੇ ਬੋਲਦੇ ਨਹੀਂ, ਇੱਦਾਂ ਨਹੀਂ ਸੀ ਮੰਨਦੇ, ਮੈਂ ਨਹੀਂ ਮੰਨਦਾ ਇਹਦਾ, ਇੱਦਾਂ ਨਹੀਂ ਨਹੀਂ, ਸਮਝੋ ਇਸ ਗੱਲ ਨੂੰ। ਤਾਂ ਕਰਕੇ ਕਿਸੇ ਕਿਸੇ ਨੂੰ ਇਹਨਾਂ ਗੱਲਾਂ 'ਚ ਇੰਟਰਸਟ ਹੈ, ਸ਼ੌਂਕ ਨਾਲ ਸੁਣਦੇ ਆ, ਵਿਚਾਰ ਕਰਦੇ ਆ, ਆਪਣ ਜਿਉਂਦਾ ਬੰਦਾ ਸੋਚਦਾ, ਜਿਹੜਾ ਮਰਿਆ ਉਹ ਨਹੀਂ ਸੋਚਦਾ, ਉਹ ਇੱਥੇ ਬੈਠੇ ਨੇ ਕਾਹਲਾ ਪਈ ਜਾਣਾ ਵੀ ਘਰ ਚੱਲੀਏ ਛੇਤੀ। ਪਰ ਜਿਹੜਾ ਸ਼ੌਂਕ ਨਾਲ ਤੁਹਾਡੇ 'ਚ ਬੈਠਾ ਉਹ ਬੰਦੇ ਦਾ ਤੇ ਬਹੁਤ ਇੰਟਰਸਟ ਹੁੰਦਾ, ਉਹਦਾ ਤੇ ਜੀ ਲੱਗਦਾ, ਉਹ ਤੇ ਚਾਹੁੰਦਾ ਵੀ ਸਾਰੀ ਰਾਤ ਖਤਮ ਨਾ ਹੋਵੇ, ਚੱਲਦੇ ਰਹੇ। ਮੈਂ ਵੇਖਿਆ ਜੀ ਕਈ ਵਾਰੀ ਨਾ ਗੱਲਾਂ, ਮੈਂ ਆਮ ਇੱਥੇ ਗੱਲ, ਮੈਨੂੰ ਹੁੰਦਾ ਵੀ ਕੋਈ ਗੱਲ ਕਰੇ ਤੇ ਗੱਲ ਤੋਰੀਏ, ਤੇ ਕਈ ਵਾਰੀ ਬੰਦਿਆਂ ਨੂੰ ਗੱਲ ਕਰੀਦਾ ਤੇ ਇੰਨੇ ਸ਼ੌਂਕ ਨਾਲ ਸੁਣਦੇ ਹੁੰਦੇ ਆ, ਇੱਕ ਗੱਲ ਦੇ ਨਾਲ ਦੂਜੀ, ਦੂਜੀ ਨਾਲ ਤੀਜੀ, ਆਪੇ ਜੁੜੀ ਜਾਂਦੀ, ਅਗਲਾ ਸੁਣਾਉਂਦਾ ਅਸੀਂ ਸੁਣਦਾ, ਮੈਂ ਸੁਣਦਾ, ਮੇਰੇ ਤੋਂ ਗੱਲ ਆਉਂਦੀ ਉਹ ਸੁਣਦੇ, ਤੇ ਕਈ ਬੰਦਿਆਂ ਦਾ ਕੋਈ ਸ਼ੌਂਕ ਨਹੀਂ ਹੁੰਦਾ, ਕੋਈ ਸ਼ੌਂਕ ਨਹੀਂ ਹੁੰਦਾ। ਮੈਂ ਇੱਕ ਨਾਲ ਗੱਲ ਕਰਾਂ, ਮੈਂ ਕਿਹਾ ਸਾਡੇ 'ਚ ਨਾ ਤੱਤ ਨੇ, ਵਾਹਿਗੁਰੂ ਸੈੱਲ ਐਟਮ ਜਿਹਨੂੰ ਕਹਿੰਦੇ ਨੇ ਐਟਮ, ਉਹ ਇੰਨੀ ਸਪੀਡ ਨਾਲ ਘੁੰਮਦੇ ਐ ਵੀ ਸ਼ੇਪ ਬਣਦੀ ਹੈ,
ਉਦਾਂ ਸਾਡਾ ਸਰੀਰ ਸ਼ੇਪ ਹੈ ਨਹੀਂ ਸਪੀਡ ਨਾਲ ਘੁੰਮਣ ਕਰਕੇ ਐ ਘੁੰਮ ਜਿਵੇਂ ਹੁਣ ਉਂਗਲ ਇਦਾਂ ਲੱਗਦੀ ਤੇ ਠੀਕ ਹੈ ਇਹਦੇ ਵਿੱਚ ਜਿਹੜੀ ਇਦਾਂ એનર્ਜੀ ਹੈ ਨਾ ਜਿਹੜੀ ਸੈੱਲ ਨੇ ਜਿਹੜੇ ਬਹੁਤ ਸਪੀਡ ਨਾਲ ਘੁੰਮ ਰਹੇ ਨੇ ਅਰਬਾਂ ਖਰਬਾਂ ਦੇ ਹਿਸਾਬ ਨਾਲ ਖਰਬਾਂ ਸੈੱਲ ਇੱਥੇ ਖਰਬਾਂ ਸੈੱਲ ਸਪੀਡ ਨਾਲ ਘੁੰਮਦੇ ਆ ਤੇ ਸ਼ੇਪ ਬਣ ਜਾਂਦੀ ਹੈ ਸੈੱਲ ਨੇ ਘੁੰਮਦੇ ਨੇ ਪਰਮਾਣੂ ਕਹਿੰਦੇ ਜਿਹਨੂੰ ਪੰਜਾਬੀ ਚ ਤੇ ਮੈਂ ਉਹਨੂੰ ਦੱਸਾਂ ਮੈਂ ਕਿਹਾ ਇਦਾਂ ਸੈੱਲ ਨੇ ਮੈਂ ਕਿਹਾ ਘੁੰਮਦੇ ਆ ਕਹਿੰਦੇ ਅੱਛਾ ਸੁਣੀ ਗਿਆ ਮੇਰੇ ਕੋਲ ਬੈਠ ਸਾਰੀ ਗੱਲ ਮੈਂ ਅੱਧਾ ਘੰਟਾ ਲਾ ਮੈਂ ਕਿਹਾ ਜਿਵੇਂ ਪੱਖਾ ਹੈ ਪੱਖਾ ਇੰਨੀ ਸਪੀਡ ਨਾਲ ਘੁੰਮਦਾ ਤੇ ਸ਼ੇਪ ਨਹੀਂ ਬਣ ਜਾਂਦੀ ਗੋਲ ਗੋਲ ਕਹਿੰਦੇ ਹਾਂ ਮੈਂ ਕਿਹਾ ਬਸ ਜੇ ਬੰਦ ਕਰੋ ਉਦਾਂ ਕਿੰਨੇ ਫਰ ਨੇ ਕਹਿੰਦੇ ਤਿੰਨ ਮੈਂ ਕਿਹਾ ਜੇ ਗੋਲ ਗੋਲ ਘੁਮਾਓ ਫਿਰ ਸ਼ੇਪ ਕਿੱਦਾਂ ਦੀ ਬਣ ਗਈ ਕਹਿੰਦੇ ਗੋਲ ਗੋਲ ਲੱਗਦਾ ਮੈਂ ਕਿਹਾ ਇਦਾਂ ਹੀ ਜਿਹੜਾ ਸਰੀਰ ਹੈ ਸਾਡਾ ਐ ਸਪੀਡ ਨਾਲ ਘੁੰਮ ਰਿਹਾ ਜੇ ਅਸੀਂ ਇਕਾਗਰਤਾ ਨਾਲ ਬੈਠੀਏ ਤੇ ਕਦੇ ਨਾ ਕਦੇ ਸਪੀਡ ਵੀ ਫੜੀ ਜਾ ਸਕਦੀ ਹੈ ਵੀ ਜੇ ਵੇਖ ਸਕਦੇ ਹਾਂ ਵੀ ਸਰੀਰ ਇੰਨਾ ਘੁੰਮ ਰਿਹਾ ਤੁਹਾਡੇ ਸਰੀਰ ਇੰਨਾ ਇਦਾਂ ਲੱਗਦਾ ਬਾਡੀ ਨੂੰ ਉਹ ਸਾਰੀਆਂ ਗੱਲਾਂ ਸੁਣ ਸੁਣ ਕੇ ਨਾ ਮੇਰੇ ਤੋਂ ਕਹਿੰਦੇ ਅੱਛਾ ਇਹ ਫਿਰ ਜਿਹੜਾ ਧਿਆਨ ਧਰਨਾ ਹੁਣ ਅੱਜ ਤੋਂ ਬਾਅਦ ਮੈਂ ਕਿਹਾ ਕੀ ਕਿੱਥੇ ਕਹਿੰਦੇ ਅੱਜ ਤੋਂ ਬਾਅਦ ਫਿਰ ਜਾਨੀ ਕਿ ਪੱਖੇ ਦਾ ਧਿਆਨ ਧਰਿਆ ਕਰੀਏ ਕਹਿੰਦੇ ਹੁਣ ਜਾਨੀ ਕਿ ਪੱਖੇ ਕੰਨੀ ਵੇਖਿਆ ਕਰੀਏ ਮੈਂ ਕਿਹਾ ਮੈਂ ਇੱਥੇ ਹੱਥ ਮਾਰਿਆ ਮੈਂ ਕਿਹਾ ਘੰਟਾ ਮੱਥਾ ਮਾਰਿਆ ਸਾਰੀ ਰਾਤ ਰਮਾਇਣ ਵੇਖ ਕੇ ਸਵੇਰੇ ਪੁੱਛਦੀ ਹੈ ਵੀ ਸੀਤਾ ਰਾਮ ਦੀ ਘਰ ਵਾਲੀ ਸੀ ਕਿ ਸੱਸ ਸੀ ਇਹ ਹਾਲ ਸਾਡੇ ਲੋਕਾਂ ਦਾ